तमाम भाइयों बहनों को डॉक्टर स्वास्थ्य शर्मा का नमस्कार। प्यारे भाइयों बहनों, जिस तरह थोड़ा पता है कि पंजाब का सैशन चल रहा है, बजट सैशन, अज बजट के अंदर आदमपुर तो MLA श्रोमणी अकाली दल के पवन कुमार टीनू जी ने बड़े अहम मुद्दे चुके हैं विधानसभा के अंदर, जिहड़े SC कमीशन और जिहड़े SC रिजर्वेशन नाल संबंधित। आपां इन्हां तों इन्हां नाल गल करदे हां कि उह किस तरह मुद्दे से टीनू साहब, किस तरह से मुद्दे चुके जिहड़े अज्ज। देखो, ये जिहड़ा मुद्दा सी रिजर्वेशन प्रमोशन दे विच, रिजर्वेशन दे उत्ते सुप्रीम कोर्ट ने एक फैसला दिता ਜਿਹਦੀ ਬਿਮਾਰੀ ਨੂੰ ਸਹੇੜਿਆ 2012 'ਚ ਉੱਤਰਾਖੰਡ 'ਚ ਕਾਂਗਰਸ ਪਾਰਟੀ ਦੀ ਸਰਕਾਰ ਨੇ। ਉਹਨਾਂ ਨੇ ਇਹਦੇ ਖਿਲਾਫ਼ ਜਿਹੜੀ ਪ੍ਰਮੋਸ਼ਨ ਦੇ ਵਿੱਚ ਰਿਜ਼ਰਵੇਸ਼ਨ ਆ ਉਹਦੇ ਖਿਲਾਫ਼ ਯਾਚਿਕਾ ਦਰਜ ਕੀ ਦਾਇਰ ਕਰਾਈ ਕੋਰਟ 'ਚ, ਔਰ ਉਸ ਵੇਲੇ 5 ਲੱਖ ਮੁਲਾਜ਼ਮਾਂ ਨੇ, ਸ਼ਡਿਊਲ ਕਾਸਟ ਮੁਲਾਜ਼ਮਾਂ ਨੇ ਇਹਦਾ ਵਿਰੋਧ ਵੀ ਕੀਤਾ, ਹੜਤਾਲ ਵੀ ਕੀਤੀ। ਉਹ ਗੱਲ ਹੁਣ ਅੱਗੇ ਤੋਂ ਅੱਗੇ ਪੇਜ ਫਸਿਆ ਆ। ਦੇਖੋ, ਸੁਪਰੀਮ ਕੋਰਟ ਹੈ ਜਿਹੜੀ ਆਏ ਦਿਨ ਜਿਹੜੇ ਸ਼ਡਿਊਲ ਕਾਸਟ ਦੇ ਇਸ਼ੂ ਦੇ ਉੱਤੇ ਕੋਈ ਨਾ ਕੋਈ ਫੈਸਲਾ ਸੁਣਾਉਂਦੀ ਆ, ਉਹਦੇ ਨਾਲ ਸਾਡੇ ਦੇਸ਼ ਵਿੱਚ ਅਨਿਸ਼ਚਿਤਤਾ ਦਾ ਇੱਕ ਡਰ ਵਾਲਾ ਮਾਹੌਲ ਬਣ ਰਿਹਾ ਹੈ। ਅਤੇ ਅਸੀਂ ਚਾਹੁੰਦੇ ਹਾਂ ਸਰਕਾਰ ਜਿਹੜੀ ਆ ਉਹ ਇਹਨੂੰ ਰਿਜ਼ਰਵੇਸ਼ਨ ਨੂੰ ਅਤੇ ਰਿਜ਼ਰਵੇਸ਼ਨ ਦਾ ਜਿਹੜਾ ਪ੍ਰਮੋਸ਼ਨ ਦੇ ਵਿੱਚ ਸੈਕਸ਼ਨ 9 'ਚ, ਆਰਟੀਕਲ 9 'ਚ ਇਹਨੂੰ ਰੱਖੇ ਤਾਂ ਕਿ ਦੁਬਾਰਾ ਤੋਂ ਕੋਈ। ਟੀਨੂ ਸਾਹਿਬ, ਇਹ ਸੈਕਸ਼ਨ 9 ਆਰਟੀਕਲ ਕੀ ਹੈ, ਇਹ ਵੀ ਦੱਸੋ ਸਾਡੇ ਦਰਸ਼ਕਾਂ ਨੂੰ। ਦੇਖੋ, ਇਹਦੇ ਵਿੱਚ ਇਹ ਆ ਵੀ ਜਿਹੜੇ ਕੁਛ ਜਿਹੜੇ ਸਾਡੇ ਜਿਹੜੀਆਂ ਜ਼ਰੂਰੀ ਆ, ਜਿਹੜੇ ਪ੍ਰਿੰਸੀਪਲਸ ਆ, ਜਿਹੜੇ ਪ੍ਰੀਐਂਬਲ ਦੇ ਵਿੱਚ ਉਹਨੂੰ ਸੁਪਰੀਮ ਕੋਰਟ, ਜਿਹੜਾ ਬੇਸਿਕ ਸਟਰਕਚਰ ਆ ਜਿਹੜਾ ਸੰਵਿਧਾਨ ਦਾ, ਉਹਨੂੰ ਸੁਪਰੀਮ ਕੋਰਟ ਜਾਂ ਹਾਈ ਕੋਰਟ ਉਹਦੇ ਉੱਤੇ ਕੋਈ ਰਿਵਿਊ ਨਹੀਂ ਕਰ ਸਕਦੀ, ਉਹਨੂੰ ਬਦਲ ਨਹੀਂ ਸਕਦੀ। ਸੋ ਇਸ ਕਰ ਜਿਹੜੇ ਫੰਡਾਮੈਂਟਲ ਰਾਈਟਸ ਆ, ਅਤੇ ਸੁਪਰੀਮ ਕੋਰਟ ਨੇ ਕਿਹਾ ਵੀ ਤੁਹਾਡਾ ਫੰਡਾਮੈਂਟਲ ਰਾਈਟ ਨਹੀਂ ਹੈਗਾ। ਦੇਖੋ, ਸ਼ਡਿਊਲ ਕਾਸਟ ਵਰਗ ਦੇ ਕੋਲ ਨਾ ਤਾਂ ਜ਼ਮੀਨ ਆ, ਨਾ ਮਿੱਲਾਂ ਫੈਕਟਰੀਆਂ, ਨਾ ਟ੍ਰੇਡਿੰਗ 'ਚ ਹਿੱਸਾ ਆ। ਇੱਕੋ ਇੱਕ ਰਿਜ਼ਰਵੇਸ਼ਨ ਆ ਜਿੱਥੋਂ ਇਹ ਨੌਕਰੀਆਂ ਪ੍ਰਾਪਤ ਕਰਦੇ ਤਾਂ ਉਮੀਦ ਨਾਲ ਦੇਸ਼ ਵਿੱਚ ਅੱਗੇ ਵੱਧ ਰਹੇ ਆ। ਅਤੇ ਹੁਣ ਤੁਸੀਂ ਦੇਖ ਲਓ, ਪਿਛਲੀਆਂ ਕਾਂਗਰਸ ਦੀਆਂ ਸਰਕਾਰਾਂ ਨੇ ਜੋ ਫੈਸਲੇ ਕੀਤੇ ਕਿ LIC ਨੂੰ ਵੀ ਹੁਣ ਦੇਣ ਲੱਗੇ ਇਹ ਪ੍ਰਾਈਵੇਟ ਹੱਥਾਂ 'ਚ, ਰੇਲਵੇ ਨੂੰ ਵੀ ਪ੍ਰਾਈਵੇਟ ਹੱਥਾਂ 'ਚ ਦੇਣ ਲੱਗੇ ਆ। ਅਤੇ ਪਹਿਲਾਂ ਰੇਲਵੇ ਤਾਂ ਸੈਂਟਰ ਦਾ ਮੁੱਦਾ ਹੈਗਾ, ਰੇਲਵੇ ਤਾਂ ਸੈਂਟਰ ਦਾ ਨਾ। ਇਹ ਸ਼ੁਰੂਆਤ ਇਹਦੀ ਜਿਹੜੀ ਆ ਨਰਸਿਮਹਾ ਰਾਓ ਗੌਰਮੈਂਟ 'ਚ ਹੋਈ ਸੀ। ਇਹਦੀ ਰਿਜ਼ਰਵੇਸ਼ਨ ਜਿਹੜੀ ਆ ਪ੍ਰਾਈਵੇਟਾਈਜੇਸ਼ਨ ਦੀ ਸ਼ੁਰੂਆਤ ਨਰਸਿਮਹਾ ਰਾਓ ਗੌਰਮੈਂਟ ਸਭ ਤੋਂ ਪਹਿਲਾਂ ਹੋਈ ਆ, ਉਹ ਤੋਂ ਬਾਅਦ ਡਾਕਟਰ ਮਨਮੋਹਨ ਸਿੰਘ ਜੀ ਨੇ ਉਹਨੂੰ ਚਾਲੂ ਰੱਖਿਆ। ਅਤੇ ਹੈਰਾਨੀ ਦੀ ਗੱਲ ਆ ਵੀ ਹੁਣ ਕੇਂਦਰ ਸਰਕਾਰ ਵੀ ਉਹਦੇ ਉੱਤੇ ਚੱਲ ਰਹੀ ਆ। ਸੋ ਜੇ ਤੁਸੀਂ ਵੱਡੇ ਮਹਿਕਮੇ ਜਿਹੜੇ ਆ ਉਹਨਾਂ ਨੂੰ ਤੁਸੀਂ ਪ੍ਰਾਈਵੇਟ ਹੱਥਾਂ 'ਚ ਦੇ ਦਿਓਗੇ ਤਾਂ ਰਿਜ਼ਰਵੇਸ਼ਨ ਆਪਣੇ ਆਪ ਖਤਮ ਹੋ ਜਾਏਗੀ, ਅਤੇ ਜਿਹੜੇ ਹੱਕ ਆ, ਅਧਿਕਾਰ ਆ ਵਿਚਾਰੇ ਗਰੀਬਾਂ ਨੂੰ ਮਿਲਣੇ, ਉਹ ਕਿੱਥੋਂ ਮਿਲਣਗੇ? ਫਿਰ ਉਹੀ ਮੰਗਤਿਆਂ ਵਾਲੀ ਹਾਲਤ, ਅਤੇ ਫਿਰ ਉਹੀ ਵਿਹਲੜ ਅਤੇ ਬੇਰੁਜ਼ਗਾਰੀ ਦੀ ਮਾਰ ਸਹਿਣਗੇ। ਇਸ ਕਰਕੇ ਪੰਜਾਬ ਸਰਕਾਰ ਨੂੰ ਅਸੀਂ ਇਹ ਬੇਨਤੀ ਕੀਤੀ ਸੀ ਕਿ ਮਤਾ ਪਾਸ ਕਰਕੇ ਕੇਂਦਰ ਨੂੰ ਭੇਜੋ ਸਰਬਸੰਮਤੀ ਨਾਲ, ਕਿ ਇਹ ਜਿਹੜੀ ਰਿਜ਼ਰਵੇਸ਼ਨ ਇਨ ਪ੍ਰਮੋਸ਼ਨ ਆ ਇਹਨੂੰ ਧਾਰਾ 9 ਵਿੱਚ ਰੱਖੋ ਤਾਂ ਕਿ ਇਹਨੂੰ ਦੁਬਾਰਾ ਕੋਈ ਵੀ ਕੋਰਟ ਰਿਵਿਊ ਨਾ ਕਰ ਸਕੇ। ਅੱਛਾ, ਕੁਛ ਹੱਦ ਤੱਕ ਆਪਾਂ ਦੇਖਦੇ ਹਾਂ ਕਿ ਅੱਜ ਕੱਲ੍ਹ ਜਿਹੜੇ ਮਾਹੌਲ ਹੈ ਉਹ ਸਾਨੂੰ ਇਹ ਵੀ ਦੇਖਦੇ ਹੈਗੇ ਕਿ ਰਿਜ਼ਰਵੇਸ਼ਨ ਆਰਥਿਕ ਤੌਰ 'ਤੇ ਵੀ ਹੋਣੀ ਚਾਹੀਦੀ, ਉਸ ਦੇ ਬਾਰੇ ਕੀ ਕਹਿਣਾ, ਤੁਹਾਡੇ ਕੀ ਵਿਚਾਰ ਹੈ? ਦੇਖੋ, ਪਿਛਲੀ ਜਿਹੜੀ ਸਾਡੀ ਹੁਣ ਕੇਂਦਰ ਦੀ NDA ਗੌਰਮੈਂਟ ਆ, ਉਹਨਾਂ ਨੇ ਜਨਰਲ ਵਰਗ ਦੇ ਜਿਹੜੇ ਕਮਜ਼ੋਰ, ਆਰਥਿਕ ਤੌਰ 'ਤੇ ਕਮਜ਼ੋਰ ਆ, ਉਹਨਾਂ ਲਈ 10% ਰਿਜ਼ਰਵੇਸ਼ਨ ਕਰਤੀ ਪਾਰਲੀਮੈਂਟ 'ਚ, ਔਰ ਉਹ ਲਾਗੂ ਵੀ ਹੋ ਗਈ ਆ। ਸੋ ਹੁਣ ਇਹ ਮੁੱਦਾ ਨਹੀਂ ਰਹਿ ਗਿਆ, ਹੁਣ ਜਿਹੜੇ ਜਨਰਲ ਕਾਸਟ ਦੇ ਜਿਹੜੇ ਗਰੀਬ ਆ ਉਹਨਾਂ ਨੂੰ 10% ਰਿਜ਼ਰਵੇਸ਼ਨ ਮਿਲਣ ਲੱਗ ਗਈ ਆ। ਪਰ ਮਸਲਾ ਤਾਂ ਹੈਗਾ ਵੀ ਇਹ ਵੀ ਜਿਹੜਾ SC ਵਰਗ ਆ ਉਹਦੇ ਕੋਲ ਕੋਈ ਹੋਰ ਧੰਦਾ ਹੀ ਹੈ ਨਹੀਂ, ਅਤੇ ਉਹਨਾਂ ਦੀ ਰਿਜ਼ਰਵੇਸ਼ਨ ਜਿਹੜੀ ਆ ਉਹ ਕਾਇਮ ਰਹਿਣੀ ਚਾਹੀਦੀ ਆ।
ਇੱਥੇ ਵੱਡੇ ਵੱਡੇ ਮਹਿਕਮਿਆਂ ਵਿੱਚ, ਮੈਂ ਤਾਂ ਕਹਿੰਦਾ ਪ੍ਰਾਈਵੇਟ ਸੈਕਟਰ ਵਿੱਚ ਵੀ ਰੈਜ਼ਰਵੇਸ਼ਨ ਇੰਟਰੋਡਿਊਸ ਕਰੋ, ਤਾਂ ਕਿ ਇਹ ਸਮਾਜ ਜਿਹੜਾ ਪਿੱਛੇ ਰਹਿ ਗਿਆ ਆ ਇਹਨੂੰ ਵੀ ਆਪਾਂ ਮੇਨ ਸਟ੍ਰੀਮ ਵਿੱਚ ਮੁੱਖ ਧਾਰਾ 'ਚ ਲਿਆ ਸਕੀਏ। ਟਿੰਨੂ ਸਾਹਿਬ, ਜਿਸ ਤਰ੍ਹਾਂ ਤੁਸੀਂ ਬਹੁਤ ਛੇ ਅੱਜ ਆਪਣੇ ਵਿਚਾਰ ਰੱਖੇ ਵਿਧਾਨ ਸਭਾ ਦੇ ਅੰਦਰ, ਸਰਕਾਰ ਦਾ ਕੀ ਰੁੱਖ ਸੀ ਤੁਹਾਡੇ ਵਿਚਾਰ ਸੁਣਦੇ ਹੋਏ? ਦੇਖੋ, ਤੁਸੀਂ ਦੇਖਿਆ ਹੋਣਾ ਜਦੋਂ ਕਾਂਗਰਸ ਦੇ ਇੱਕ MLA ਨੇ ਮੁੱਖ ਮੰਤਰੀ ਜੀ ਨੂੰ ਕਿਹਾ ਵੀ ਇਸ ਸੰਬੰਧੀ ਉੱਠ ਕੇ ਬਿਆਨ ਦਿਓ ਸਦਨ ਦੇ ਵਿੱਚ, ਅਤੇ ਇਸ ਸੰਬੰਧੀ ਵੀ ਬਿਆਨ ਦਿਓ ਕਿ ਜਿਹੜੇ ਪੰਜਾਬ ਦੇ ਅੰਦਰ ਕਾਰਪੋਰੇਸ਼ਨਾਂ 'ਚ, ਕਮੇਟੀਆਂ 'ਚ ਠੇਕੇ 'ਤੇ ਮੁਲਾਜ਼ਮ ਰੱਖੇ ਜਾ ਰਹੇ ਆ ਇਸ ਸਰਕਾਰ ਵੱਲੋਂ। ਅਤੇ ਉਹ ਕਾਂਗਰਸ ਦੇ ਮੈਂਬਰ ਨੇ ਕਿਹਾ ਵੀ ਮੁੱਖ ਮੰਤਰੀ ਜੀ ਬਿਆਨ ਦੇਣ, ਲੇਕਿਨ ਮੁੱਖ ਮੰਤਰੀ ਜੀ ਨੇ ਉਹ ਗੱਲ ਅਣਸੁਣੀ ਕਰ ਦਿੱਤੀ। ਇਹਦਾ ਮਤਲਬ ਮੁੱਖ ਮੰਤਰੀ ਜੀ ਦਾ ਹੀ ਫੈਸਲਾ ਆ ਕਿ ਜਿਹੜੀ ਕਮੇਟੀਆਂ ਅਤੇ ਨਗਰ ਕੌਂਸਲਾਂ, ਕਾਰਪੋਰੇਸ਼ਨਾਂ ਵਿੱਚ ਜਿਹੜੇ ਮੁਲਾਜ਼ਮ ਆ ਉਹ ਠੇਕੇ 'ਤੇ ਰੱਖੇ ਜਾ ਰਹੇ ਆ। ਇਹ ਸਰਾਸਰ ਰੈਜ਼ਰਵੇਸ਼ਨ ਪਾਲਿਸੀ ਦੀ ਵੀ ਉਲੰਘਣਾ ਆ ਔਰ ਸਰਾਸਰ ਬੇਇਨਸਾਫੀ। ਅੱਛਾ, ਇੱਕ ਗੱਲ ਤੁਹਾਨੂੰ ਹੋਰ ਪੁੱਛਣਾ ਚਾਹੁੰਦੇ ਹਾਂ, ਜਿਹੜੇ ਆਪਣੇ SC BC ਬੱਚੇ ਹੁੰਦੇ ਆ ਉਹਨਾਂ ਦੀ ਗਰਾਂਟਾਂ ਜਿਹੜੀਆਂ ਹੁੰਦੀਆਂ ਸੈਂਟਰ ਗੌਰਮੈਂਟ ਭੇਜਦੀ ਹੈਗੀ, ਤੁਹਾਡੇ SC BC ਮਾਇਨੋਰਟੀ ਵਿੰਗ ਵੀ ਪੰਜਾਬ 'ਚ ਬਣਿਆ ਹੈ, ਉਹਨਾਂ ਦੇ ਫੰਡਸ ਬੱਚਿਆਂ ਤੱਕ ਪਹੁੰਚਦੇ ਨਹੀਂ, ਬਹੁਤ ਲੇਟ ਹੋ ਜਾਂਦੇ ਆ, ਜਿਹਦੇ ਨਾਲ ਬੱਚੇ ਉੱਥੋਂ ਚੱਲ ਵੀ ਜਾਂਦੇ ਸਕੂਲਾਂ ਦੇ ਪਾਸੋਂ, ਪਾਸ ਆਊਟ ਵੀ ਹੋ ਜਾਂਦੇ ਆ, ਅਤੇ ਉਹ ਬੜੀ ਦਿੱਕਤਾਂ ਆ ਰਹੀਆਂ। ਉਹਨਾਂ ਨੂੰ ਦੂਰ ਕਰਨ ਲਈ ਤੁਸੀਂ ਸਰਕਾਰ ਲਈ ਇਸ ਤਰੀਕੇ ਦੀ ਗੱਲ ਕਰੋਗੇ ਵਿਧਾਨ ਸਭਾ ਕੇਂਦਰ, ਤਾਂ ਕਿ ਉਹਨਾਂ ਨੂੰ ਫੰਡਸ ਮਿਲ ਸਕਣ? ਜੀ ਦੇਖੋ, ਪੰਜਾਬ 'ਚ ਅੱਜ ਵੀ ਬੱਚੇ, ਜਲੰਧਰ ਤੁਸੀਂ ਚਲੇ ਜਾਓ, ਅੱਜ ਵੀ ਬੱਚੇ ਸ਼ਡਿਊਲ ਕਾਸਟ ਧਰਨੇ 'ਤੇ ਬੈਠੇ ਆ। ਕਿਆ ਕਾਰਨ ਹੈ ਜੀ? ਕਾਰਨ ਇਹ ਹੈ ਕਿ ਕੇਂਦਰ ਸਰਕਾਰ ਜਿਹੜਾ ਪੈਸਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਭੇਜਦੀ ਹੈ ਉਹ ਮਿਲਦਾ ਨਹੀਂ, ਉਹ ਪੈਸਾ ਜਿਹੜਾ ਆ ਪੰਜਾਬ ਦੀ ਸਰਕਾਰ ਹੋਰ ਪਾਸੇ ਡਾਈਵਰਟ ਕਰਕੇ ਉਹਨੂੰ ਖਰਚ ਲੈਂਦੀ ਆ, ਸੜਕਾਂ 'ਤੇ ਜਾਂ ਤਨਖਾਹਾਂ 'ਤੇ ਜਾਂ ਪੁਲਾਂ 'ਤੇ। ਇਹ ਕਿਸ ਹੱਦ ਤੱਕ ਠੀਕ ਹੈ ਗੱਲ ਜੀ, ਇਹ ਦੱਸੋ ਜੀ। ਬਿਲਕੁਲ ਠੀਕ ਹੈ, ਤੁਸੀਂ ਦੇਖ ਲਓ ਬਈ ਜਦੋਂ ਇਹਨਾਂ ਨੇ ਸ਼ਾਹਕੋਟ ਦੀ ਬਾਈ ਇਲੈਕਸ਼ਨ ਲੜੀ ਹੈ, ਗੁਰਦਾਸਪੁਰ ਦੀ ਬਾਈ ਇਲੈਕਸ਼ਨ ਲੜੀ ਆ, ਇਹ ਉਹੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਪੈਸਾ ਜਿਹੜਾ ਇਹਨਾਂ ਨੇ ਉੱਥੇ ਖਰਚ ਦਿੱਤਾ, ਜਿਹਦੇ ਕਾਰਨ ਬੱਚਿਆਂ ਨੂੰ 2 ਸਾਲ ਪੈਸੇ ਲੇਟ ਮਿਲੇ ਔਰ ਉਹਨਾਂ ਬੱਚਿਆਂ ਦੀ ਅੱਜ ਗਿਣਤੀ ਜਿਹੜੀ ਆ ਸ਼ਡਿਊਲ ਕਾਸਟਾਂ ਦੀ ਪ੍ਰਾਈਵੇਟ ਇੰਸਟੀਚਿਊਸ਼ਨ 'ਚ 1.5 ਲੱਖ ਦੇ ਕਰੀਬ ਘੱਟ ਗਈ ਆ। ਸੋ ਇਹ ਜ਼ਿਆਦਤੀ ਪੰਜਾਬ ਸਰਕਾਰ ਕਰ ਰਹੀ ਹੈ ਔਰ ਪੰਜਾਬ ਸਰਕਾਰ ਉਹਨਾਂ ਪੈਸਿਆਂ ਦਾ ਯੂਟੀਲਾਈਜੇਸ਼ਨ ਸਰਟੀਫਿਕੇਟ ਜਿਹੜਾ ਕੇਂਦਰ ਨੂੰ ਭੇਜਣਾ ਹੁੰਦਾ ਬੜਾ ਟਾਈਮ ਸਿਰ ਭੇਜਣਾ ਪੈਂਦਾ ਤਾਂ ਕਿ ਗਾਂਹ ਦੀ ਗ੍ਰਾਂਟ ਆ ਜਾਵੇ, ਇਹ ਯੂਟੀਲਾਈਜੇਸ਼ਨ UC ਵੀ ਟਾਈਮ ਸਿਰ ਨਹੀਂ ਭੇਜਦੇ। ਤੁਸੀਂ ਦੇਖੋ ਪਿਛਲੇ 1 ਸਾਲ ਤੋਂ ਅਸੀਂ ਮੰਗ ਕਰ ਰਹੇ ਹਾਂ ਕਿ ਪੰਜਾਬ ਸਰਕਾਰ UC ਭੇਜੇ ਕੇਂਦਰ ਨੂੰ, ਆ 1 ਸਾਲ ਬਾਅਦ UC ਪਿਛਲੇ ਹਫ਼ਤੇ ਭੇਜਿਆ ਗਿਆ, ਉਹ ਵੀ ਅਜੇ ਅਸੀਂ ਪ੍ਰੈਸ਼ਰ ਪਾਇਆ ਤਾਂ ਕਰਕੇ। ਅੱਛਾ, ਤੁਸੀਂ ਕਿਹਾ ਇਹ ਜਿਹੜਾ ਅਹਿਮ ਮੁੱਦਾ ਹੈ, ਕਿਉਂਕਿ ਦੇਖੋ ਜਿਹੜਾ ਬੱਚਿਆਂ ਨੂੰ ਐਜੂਕੇਸ਼ਨ ਬਹੁਤ ਬੜੀ ਗੱਲ ਹੁੰਦੀ ਹੈ, ਐਜੂਕੇਸ਼ਨ ਤੋਂ ਅੰਬੇਦਕਰ ਸਾਹਿਬ ਨੇ ਵੀ ਕਿਹਾ ਸੀ ਸ਼ਿਕਸ਼ਿਤ ਬਣੋ, ਤੋ ਅਗਰ ਸ਼ਿਕਸ਼ਿਤ ਬੱਚੇ ਤਾਂ ਹੀ ਬਣਨਗੇ ਜੇ ਗਰੀਬ ਬੱਚਿਆਂ ਨੂੰ ਉਹਨਾਂ ਨੂੰ ਠੀਕ ਸਮੇਂ ਪੈਸਾ ਮਿਲੇ, ਇਹ ਅਹਿਮ ਮੁੱਦਾ। ਕਿਆ ਤੁਸੀਂ ਇਸ ਤਰ੍ਹਾਂ ਦਾ ਮੁੱਦਾ ਵਿਧਾਨ ਸਭਾ 'ਚ ਆਉਣ ਵਾਲੇ ਸਮੇਂ ਉੱਪਰ ਚੱਕੋਗੇ? ਦੇਖੋ, ਪਿਛਲੀ ਵਾਰੀ ਵੀ ਪਿਛਲੇ ਸੈਸ਼ਨ 'ਚ ਵੀ ਮੈਂ ਇਹ ਬੇਨਤੀ ਕੀਤੀ ਸੀ ਵਿਧਾਨ ਸਭਾ 'ਚ ਬਈ ਇਹ ਸਾਡੇ ਦੇਸ਼ ਦੀਆਂ ਸਰਕਾਰਾਂ, ਪੰਜਾਬ ਦੀਆਂ ਸਰਕਾਰਾਂ ਬੜੇ ਮਾਣ ਨਾਲ ਕਹਿੰਦੀਆਂ ਕਿ 1 ਕੰਟਰੀ 1 ਲਾਅ 1 GST ਅਤੇ 1 ਐਜੂਕੇਸ਼ਨ ਵੀ ਕਰ ਦਿਓ, ਕੋਈ ਲੋੜ ਨਹੀਂ ਕਿਸੇ ਹੋਰ ਰਿਆਇਤ ਦੀ। ਜੇ ਤੁਸੀਂ ਪੂਰੇ ਦੇਸ਼ ਵਿੱਚ ਇੱਕ ਮਜ਼ਦੂਰ, ਰੇਹੜੀ ਵਾਲਾ, ਖੇਤ ਮਜ਼ਦੂਰ, ਫੈਕਟਰੀ ਮਜ਼ਦੂਰ, ਅਫਸਰ, ਲੀਡਰ ਸਾਰਿਆਂ ਦੇ ਵਿੱਚ ਇੱਕੋ ਹੀ ਸਕੂਲ 'ਚ ਪੜ੍ਹਨ, ਇੱਕੋ ਜਿਹਾ ਸਿਲੇਬਸ ਪੜ੍ਹਨ, ਉਹਨਾਂ ਨੂੰ ਇੱਕੋ ਜਿਹੇ ਮੌਕੇ ਮਿਲਣ, ਤਾਂ ਕਿਸੇ ਰਿਆਇਤ ਦੀ ਲੋੜ ਨਹੀਂ। ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਜੇ 1 ਕੰਟਰੀ 1 ਲਾਅ 1 ਟੈਕਸ ਤਾਂ ਫਿਰ 1 ਐਜੂਕੇਸ਼ਨ ਕਰਨ। ਮੇਰਾ ਉਹੀ ਆਪਣੇ ਆਪ ਸਾਰਾ ਮੇਰੀ ਗੱਲ, ਮੇਰੀ ਕਹਿਣ ਦਾ ਮਤਲਬ ਇਹੀ ਸੀਗਾ, ਕਿਉਂਕਿ ਪੂਰੇ ਦੇਖੋ ਸਾਰੇ ਤੁਹਾਡੇ ਆਪਣੇ ਸਾਰੇ SC ਭਰਾ ਤੁਹਾਡੇ ਵੱਲ ਦੇਖ ਰਹੇ ਹੈ, ਤੁਹਾਨੂੰ ਚੁਣ ਕੇ ਭੇਜਿਆ ਇੱਕ ਉਮੀਦ ਨਾਲ, ਉਹੀ ਗੱਲ ਪੁੱਛਿਆ ਅਗਰ ਬੱਚਿਆਂ ਨੂੰ ਸਹੀ ਟਾਈਮ 'ਤੇ ਪੈਸਾ ਨਹੀਂ ਮਿਲੂਗਾ, ਉਹ ਸਾਰੇ ਫੰਡ ਜਿਵੇਂ ਤੁਸੀਂ ਕਿਹਾ ਕਿ ਡਾਈਵਰਟ ਹੋ ਰਹੇ ਹੈ, ਅਗਰ ਉਹ ਡਾਈਵਰਟ ਨਾ ਹੋਣ ਉਸੀ ਜਗ੍ਹਾ 'ਤੇ ਖਰਚ ਹੋਣ ਜਿਸ ਦੇ ਕਾਰਨ ਫੰਡਸ ਆਏ ਹੈ, ਤਾਂ ਤੁਹਾਨੂੰ ਲੱਗਦਾ ਨਹੀਂ ਕਿ ਉਹ ਬੱਚੇ ਹੋਰ ਆਪਣੀ એનર્ਜੀ ਨਾਲ ਹੋਰ ਵਧੀਆ ਮਿਹਨਤ ਕਰਨਗੇ? ਬਿਲਕੁਲ, ਦੇਖੋ ਜੇ ਸਰਕਾਰ ਉਹਨਾਂ ਨੂੰ ਟਾਈਮ ਸਿਰ ਪੈਸਾ ਦੇਵੇ, ਉਹਨਾਂ ਦੀਆਂ ਫੀਸਾਂ ਇੰਸਟੀਟਿਊਸ਼ਨ ਨੂੰ ਭੇਜੇ, ਅਤੇ ਬੱਚੇ ਹੋਰ ਉਤਸ਼ਾਹ ਨਾਲ ਪੜ੍ਹਨਗੇ ਔਰ ਬੱਚੇ ਹੋਰ ਅੱਗੇ ਵਧਣਗੇ,
ਲੇਕਿਨ ਸਾਡੇ ਪੰਜਾਬ ਦੇ ਜਿਹੜੇ ਸੋਸ਼ਲ ਵੈਲਫੇਅਰ ਮਿਨਿਸਟਰ ਆ ਉਹ ਪਤਾ ਨਹੀਂ ਕਿਹੜੀ ਜਿਹੜੀ ਖੁੰਦਕ ਦੇ ਕਾਰਨ ਉਹਨਾਂ ਬੱਚਿਆਂ ਦਾ ਪੈਸਾ ਨਹੀਂ ਜਾਰੀ ਕਰਦੇ ਅਤੇ ਮੁੱਖ ਮੰਤਰੀ ਜੀ ਦੇ ਵੀ ਨੌਲੇਜ 'ਚ ਹੈ ਅਤੇ ਇਹਦੀ ਜ਼ਿੰਮੇਵਾਰੀ ਤੁਸੀਂ ਪਾਓਗੇ ਪੂਰੀ ਵਿੱਤ ਮੰਤਰੀ ਜੀ ਦੀ ਵੀ ਫਾਈਨੈਂਸ ਮਿਨਿਸਟਰ ਦੀ ਵੀ ਆ ਵੀ ਉਹ ਪੈਸੇ ਸਾਰੇ ਇੱਧਰ ਉੱਧਰ ਖੁਰਦ ਪੁਰਦ ਕਰ ਦਿੰਦੇ ਆ ਔਰ ਇਹਦੀ ਜ਼ਿੰਮੇਵਾਰੀ ਸਾਰੀ ਕਾਂਗਰਸ ਪਾਰਟੀ ਦੀ ਆ ਅਸੀਂ ਹੁਣ ਵੀ ਬੋਲੇ ਹਾਂ ਪਹਿਲਾਂ ਵੀ ਬੋਲੇ ਹਾਂ ਤਾਂ ਬਜਟ ਸੈਸ਼ਨ 'ਤੇ ਵੀ ਬੋਲਾਂਗੇ ਇਸ ਇਸ਼ੂ 'ਤੇ ਮੈਂ ਸਾਰੇ ਡਾਟੇ ਜਿਹੜੇ ਪੇਸ਼ ਕਰੂੰਗਾ ਵਿਧਾਨ ਸਭਾ 'ਚ ਤੂੰ ਦੇਖਿਆ ਪਿਆਰੇ ਭਾਈ ਭੈਣੋ ਕਿ ਕਿਸ ਤਰੀਕੇ ਨਾਲ ਟਿੰਨੂ ਸਾਹਿਬ ਆਪਣੇ ਅਸੂਲਾਂ ਦੇ ਨਾਲ ਵਿਧਾਨ ਸਭਾ ਦੇ ਅੰਦਰ ਆਪਣੇ ਜਿਹੜੇ SC SC BC ਜਿਹੜੇ ਭਾਈ ਭੈਣ ਆ ਉਹਨਾਂ ਲਈ ਕਿਸ ਤਰੀਕੇ ਨਾਲ ਲੜ ਰਹੇ ਹੈ ਡਾਕਟਰ ਸਵਾਸਤਿਕ ਸ਼ਰਮਾ ਅਰਥ ਪ੍ਰਕਾਸ਼ ਤਾਜ਼ਾ ਅਪਡੇਟਸ ਕੇ ਲਈ ਅਰਥ ਪ੍ਰਕਾਸ਼ TV ਕੋ ਸਬਸਕ੍ਰਾਈਬ ਕਰੇ ਔਰ ਬੈਲ ਆਈਕਨ ਕੋ ਪ੍ਰੈਸ ਕਰੇ।